ਸਵਾਗਤ ਹੈ ਜੀ ਤੁਹਾਡਾ ਨਵੇਂ ਦਿਨ ਨਵੇਂ ਥਾਂ ਤੋਂ ਤੇ ਬਹੁਤ ਠੰਡ ਵਾਲੀ ਥਾਂ ਤੋਂ ਜੇ ਕਹੀਏ ਆਪਾਂ। ਰਾਤ ਹੋ ਗਈ ਸੀ, ਅਸੀਂ ਬਹੁਤ ਜ਼ਿਆਦਾ ਲੇਟ ਅਤੇ ਤਾਂ ਕਰਕੇ ਫਿਰ ਸਾਨੂੰ ਟਾਈਮ ਨਹੀਂ ਲੱਗਿਆ ਬਲੌਗ ਖਤਮ ਕਰਨ ਦਾ, ਅਤੇ ਇੱਕ ਥੋੜ੍ਹੀ ਜਿਹੀ ਸਾਨੂੰ ਖੱਜਲ ਖੁਆਰੀ ਵੀ ਹੋ ਗਈ ਸੀਗੀ ਹੋਟਲ ਵਗੈਰਾ ਦੀ ਸਾਨੂੰ, ਤਾਂ ਕਰਕੇ ਨਾ ਬਹੁਤ ਜ਼ਿਆਦਾ ਅੱਗੇ ਆਉਣਾ ਪਿਆ ਰਾਤ ਨੂੰ। ਤੁਸੀਂ ਇਹ ਲਗਾ ਲਓ ਵੀ ਅਸੀਂ 11:30 ਵਜੇ ਅਸੀਂ ਪੈਂਗ ਪਹੁੰਚੇ ਰਾਤ, ਜਿਹੜਾ ਕਿ ਸਾਡਾ ਪਲੈਨ ਨਹੀਂ ਸੀਗਾ, ਸਾਨੂੰ ਕੋਈ ਹੋਟਲ ਹੀ ਨਹੀਂ ਮਿਲਿਆ ਰਸਤੇ 'ਚ, ਅਤੇ ਫਿਰ ਪੈਂਗ ਆ ਕੇ ਸਾਡੀ ਸਟੇਅ ਹੋਈ ਅਤੇ ਫਿਰ ਉੱਥੇ ਬਸ ਸਾਨੂੰ ਇਹ ਸੀ ਵੀ ਛੇਤੀ ਛੇਤੀ ਸੌਂ ਜਾਈਏ, ਕਿਉਂਕਿ ਨੀਂਦ ਬਹੁਤ ਆਈ ਜਾਂਦੀ ਸੀਗੀ, ਕੁਛ ਕਰਨ ਦਾ ਟਾਈਮ ਨਹੀਂ ਸੀਗਾ। ਸੁਬਾਹ ਫਿਰ ਸਾਨੂੰ ਇਹ ਸੀ ਵੀ ਜਲਦੀ ਨਿਕਲ ਕੇ ਮਨਾਲੀ ਵੱਲ ਜਾਣਾ, ਕਿਉਂਕਿ ਇੱਕ ਸਾਨੂੰ ਰਾਤੀ ਇੱਕ ਕਿਸੇ ਬੰਦੇ ਨੇ ਦੱਸਤਾ ਸੀਗਾ ਵੀ ਸੁਬਾਹ ਅਸੀਂ ਕਰਨੀ ਆ ਬਲਾਸਟਿੰਗ ਰਸਤੇ ਦੇ ਵਿੱਚ, ਅਤੇ ਵੀ ਉੱਥੇ ਹੋ ਜੂਗਾ ਰਸਤਾ ਬੰਦ ਅਤੇ ਫਿਰ ਤੁਹਾਨੂੰ ਹੋ ਜਾਣਾ ਡਿਲੇ, ਤਾਂ ਕਰਕੇ ਸਾਨੂੰ ਇਹ ਸੀ ਵੀ ਅਰਲੀ ਮੋਰਨਿੰਗ ਨਿਕਲੀਏ। ਤੁਸੀਂ ਦੇਖ ਹੀ ਸਕਦੇ ਹੋ ਰਸਤਾ ਜਿਵੇਂ ਬਾਹਰ ਆਪਣਾ ਵੀ ਇੱਦਾਂ ਦਾ ਕੱਚਾ ਜਿਹਾ ਰਸਤਾ ਹੈਗਾ, ਅਤੇ ਇੱਥੇ ਕੋਈ ਬਲਾਸਟਿੰਗ ਕਰਨਗੇ ਅਤੇ ਇਹਨੂੰ ਰਸਤੇ ਨੂੰ ਚੌੜਾ ਕਰ ਰਹੇ ਨੇ ਉਹ। ਇੱਥੇ ਠੰਡ ਜੇ ਮੈਂ ਕਹਾਂ ਤਾਂ ਵੀ -8 degrees ਹੈ, -9 ਸੀ ਪਹਿਲਾਂ, ਹਾਂ ਹੁਣ -6 ਦਿਖਾ ਰਿਹਾ। ਉਹ ਵੇਖੋ ਅੰਦਰ -6 degrees, ਅਤੇ ਵਾਈਪਰ ਲਿਕੁਇਡ ਵੀ ਕੰਮ ਨਹੀਂ ਕਰ ਰਿਹਾ, ਪਰ ਚਲੋ ਚੰਗੇ ਰਹੇ ਵੀ ਗੱਡੀ ਜ਼ਰੂਰ ਸਟਾਰਟ ਹੋ ਗਈ ਸੀ ਅਤੇ ਓਨਾ ਹੀ ਬਹੁਤ ਹੈ। ਵਾਈਪਰ ਲਿਕੁਇਡ ਦਾ ਚੱਲ ਹੌਲੀ ਹੌਲੀ ਪਿਘਲ ਜਾਣਾ, ਇੰਜਣ ਗਰਮ ਹੋ ਗਿਆ ਜਦੋਂ ਪੂਰਾ। ਅਤੇ ਹੁਣ ਸਾਡਾ ਪਲੈਨ ਹੈਗਾ ਵੀ ਆਪਾਂ ਮਨਾਲੀ ਪਹੁੰਚਣਾ, ਮੈਪ ਦਿਖਾ ਰਿਹਾ ਵੀ 12 ਪਹੁੰਚ ਜਾਣਾ ਦੁਪਹਿਰੇ, ਤੁਸੀਂ 250 ਕਹਿ ਰਿਹਾ ਅਤੇ 6.25 ਘੰਟੇ, ਹੁਣ ਤੁਸੀਂ ਇਹ ਆਪ ਹੀ ਦੇਖ ਲਓ ਵੀ 40 ਦੀ ਐਵਰੇਜ ਕਹਿ ਰਿਹਾ ਹੈਗਾ ਘੰਟੇ ਦੀ, ਮਤਲਬ ਰੁਕੇ ਰੋਡ ਇੱਦਾਂ ਦਾ ਹੀ ਹੋਊਗਾ ਫਿਰ ਇਹਦਾ ਮਤਲਬ, ਬਾਕੀ ਦੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ। ਐਵੇਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਬਾਕੀ ਇੱਕ ਗੱਲ ਹੋਰ, ਮਤਲਬ ਜਿਹਨੇ ਵੀ ਮਨਾਲੀ ਵਾਲੇ ਰਾਹ 'ਤੇ ਆਉਣਾ ਆਪਣਾ ਕਨਫਰਮ ਕਰਕੇ ਆਇਓ ਭਾਈ ਵੀ ਰਾਹ ਖੁੱਲ੍ਹਾ ਕਿ ਬੰਦ ਹੈ, ਕਿਉਂਕਿ ਫਿਰ ਕਈ ਵਾਰ ਇਹ ਹੁੰਦਾ ਵੀ ਰਸਤਾ ਬੰਦ ਹੋ ਜਾਂਦਾ ਅਤੇ ਫਿਰ ਵਾਪਸ ਮੁੜਨਾ ਪੈਂਦਾ ਅਤੇ ਖੱਜਲ ਖੁਆਰੀ ਵੱਧ ਜਾਂਦੀ ਹੈ, ਅਤੇ ਜਾਂ ਫਿਰ ਵਾਇਆ ਲੇਹ ਵਾਪਸ ਹੋ ਕੇ ਜਾਣਾ ਪੈਂਦਾ। ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। ਪਿਛਲੇ ਸਾਲ ਹੋਇਆ ਸੀ ਨਵੰਬਰ 'ਚ ਬੰਦ, ਕਿਉਂਕਿ ਕਹਿੰਦੇ ਵੀ ਪਿਛਲੇ ਸਾਲ ਠੰਡ ਨਹੀਂ ਹੋਈ ਇੰਨੀ, ਬਰਫ਼ੀ ਨਹੀਂ ਪਈ, ਹਾਂ ਬਰਫ਼ੀ ਨਹੀਂ ਪਈ ਅਤੇ ਰਸਤਾ ਲੇਟ ਬੰਦ ਹੋਇਆ, ਪਰ ਕਹਿੰਦੇ ਇਸ ਸਾਲ ਉਮੀਦ ਹੈ ਵੀ 10 October ਤੱਕ ਵੀ ਸ਼ਾਇਦ ਬੰਦ ਹੋ ਸਕਦਾ, ਅਤੇ ਜਿਹਨੇ ਵੀ ਉਹ ਤੋਂ ਪਹਿਲਾਂ ਆਉਣਾ ਤਾਂ ਆਪਣਾ ਪੱਕਾ ਇੰਤਜ਼ਾਮ ਅਤੇ ਪੱਕੀ ਇਨਫੋਰਮੇਸ਼ਨ ਨਾਲ ਲੈ ਕੇ ਆਵੇ ਤਾਂ ਕਿ ਕੋਈ ਖੱਜਲ ਖੁਆਰ ਨਾ ਹੋਵੇ। ਅਤੇ ਬਾਕੀ ਰਸਤਾ ਤੁਹਾਡੇ ਸਾਹਮਣੇ ਆ, ਕੱਚੇ ਪਹਾੜ ਨੇ ਸਾਰੇ ਅਤੇ ਪਿੱਛੇ ਸੜਕ ਬਹੁਤ ਸੋਹਣੀ ਸੀਗੀ ਅਤੇ ਉਸੇ ਨੂੰ ਬਣਾ ਰਹੇ ਨੇ, ਉਹ ਅੱਗੇ ਆ ਵੀ ਗਈ ਲੱਗਦਾ ਸੜਕ, ਅਤੇ ਇਹਨੂੰ ਉਹ ਕਰ ਰਹੇ ਨੇ ਆਪਣਾ ਰਸਤੇ ਨੂੰ ਸਾਫ਼ ਕਰ ਰਹੇ, ਨਾਲੇ ਬਹੁਤ ਚੌੜਾ ਕਰ ਰਹੇ ਨੇ, ਅੱਗੇ ਵੀ ਬਣਾਈ ਹੋਈ ਆ। ਹਾਂ ਇੱਥੇ ਬਲਾਸਟਿੰਗ ਕਰਨੀ ਆ, ਇਹੀ ਬਲੌਕ ਕਰਨਗੇ ਫਿਰ, ਬਲੌਕ ਇਨ ਦਾ ਸੈਂਸ ਬਸ ਇੰਨਾ ਹੀ ਆ ਵੀ ਨਗਾਉਣ ਵਾਸਤੇ ਉਹ ਕਰਨਗੇ।
ਪੈਂਗ ਤੋਂ 10 ਕਿਲੋਮੀਟਰ ਦੀ ਐਵੇਂ ਸੜਕ ਸੀ ਅਤੇ ਫਿਰ ਵਿੱਚ 2-3 ਕਿਲੋਮੀਟਰ ਦਾ ਟੋਟਾ ਸੀਗਾ ਐਵੇਂ ਜਿਹੜਾ ਤੁਹਾਨੂੰ ਦਿਖਾਇਆ ਹੁਣ ਪਿੱਛੇ, ਅਤੇ ਅੱਗੇ ਦੇਖੋ ਹੁਣ ਸੜਕ ਫਿਰ ਕਿਹੋ ਜਿਹੀ ਆਉਂਦੀ ਆ ਵੀ ਕਿੰਨਾ ਕੁ ਟਾਈਮ ਚੱਲਦੀ ਹੈ ਸੜਕ। -11 ਟੈਂਪਰੇਚਰ ਹੋ ਗਿਆ ਜੀ, ਤੁਸੀਂ ਦੇਖ ਹੀ ਸਕਦੇ ਹੋ, ਉਹ 'ਚ ਇੰਨੀ ਉਮੀਦ ਹੈ ਨਹੀਂ ਸੀ ਸਾਨੂੰ, ਅਤੇ ਪਰ ਗੱਡੀ 'ਚ ਤਾਂ ਨਹੀਂ ਫੀਲ ਹੁੰਦਾ, ਰਸਤਾ ਬਾਹਲਾ ਹੀ ਖਰਾਬ ਹੈ। ਬਸ ਉਹ ਥੋੜ੍ਹਾ ਜਿਹਾ ਹੀ ਸੀ 10 ਕਿਲੋਮੀਟਰ ਦਾ ਲੈਗ ਜਿਹੜਾ ਵਧੀਆ ਸੀਗਾ, ਬਾਕੀ ਤਾਂ ਫਿਰ ਉਵੇਂ ਹੀ ਆ ਗਿਆ ਟੁੱਟਿਆ ਜਿਹਾ, ਬਾਹਲਾ ਖਰਾਬ ਰਸਤਾ ਹੈ। ਇਹ ਇੱਥੇ ਜੀ ਆਪਾਂ ਕਰਨੀ ਹੁੰਦੀ ਆ ਐਂਟਰੀ, ਇੱਥੋਂ ਮਨਾਲੀ 177 ਹੈ, 177 ਫਿਰ 176 ਦਾ ਦਿਖਾਈ ਜਾਂਦਾ ਹੈਗਾ, ਸਹੀ ਤਾਂ ਹੈਗਾ। ਤੇ ਇਸ ਟਾਈਮ ਹੈਗੇ ਆਪਾਂ ਸਰਚੂ, ਸਰਚੂ ਇੱਥੇ ਰਹਿਣ ਕਰਨ ਨੂੰ ਬਹੁਤ ਥਾਵਾਂ ਨੇ, ਤੁਸੀਂ ਮੈਂ ਪਿੱਛੇ ਦਿਖਾਉਣੀਆਂ ਭੁੱਲ ਗਿਆ ਤੁਹਾਨੂੰ, ਚਲ ਬਈ ਥੈਂਕ ਯੂ, ਮੈਂ ਦੂਜੇ ਪਾਸੇ ਜਾ ਕੇ ਦਿਖਾਉਂਦਾ ਮੈਂ ਤੁਹਾਨੂੰ, ਕਿਉਂਕਿ ਰੋਡ 'ਤੇ ਦੂਜੇ ਪਾਸੇ ਆ ਚੁੱਕੇ ਹਾਂ ਅਸੀਂ। ਅਤੇ ਆਹ ਪਿਛਲਾ ਕਿੰਨੇ ਕਿਲੋਮੀਟਰ ਤੋਂ ਰੋਡ ਵਧੀਆ ਚੱਲ ਰਿਹਾ ਇਹ ਹਾਲੇ? ਘੱਟੋ ਘੱਟ ਆਪਣਾ 12 ਕਿਲੋਮੀਟਰ ਹੋ ਗਿਆ ਜੀ, ਇਹਨਾਂ ਨੂੰ 77 'ਤੇ ਲੱਗਿਆ ਸੀਗਾ, 77 'ਤੇ 15 ਕਿਲੋਮੀਟਰ ਹੋ ਗਿਆ, 15 ਕਿਲੋਮੀਟਰ ਹੋ ਗਏ। ਫੱਕ, ਉਹ ਨਹੀਂ ਆਹ ਤਾਂ ਉਹ ਪੁਲ ਬਣਾ ਰਹੇ ਨੇ ਨਾ, ਮੈਂ ਕਿਹਾ ਲੈ ਕਰਤਾ ਕੰਮ ਉਹੀ, ਆ ਕਰਤਾ ਕੰਮ ਉਹੀ ਜੀ ਤੋਂ ਮੈਂ ਡਰਦਾ ਸੀ, ਦੇਖ ਜਾਂਦਾ ਆਫ ਰੋਡ। -2 ਡਿਗਰੀ ਟੈਂਪਰੇਚਰ ਆ ਜੀ ਹਲੇ ਵੀ ਇੱਥੇ, ਤੇ ਸਾਡਾ ਸ਼ੀਸ਼ਾ ਸਾਫ ਕਰਨ ਵਾਲਾ ਲਿਕੁਇਡ ਹਲੇ ਵੀ ਨਹੀਂ ਚੱਲ ਰਿਹਾ, ਮਤਲਬ ਹਲੇ ਵੀ ਜੰਮਿਆ ਪਿਆ ਉਹ। ਆ ਬ੍ਰਿਜ ਬਣਾਉਣ ਕਰਕੇ ਨਾ ਆਹ ਥੋੜਾ ਕੱਚੇ ਜਿਹੇ ਰਸਤੇ ਵਿੱਚ ਸੀ, ਪੁਰਾਣੇ ਮਤਲਬ ਪੁਰਾਣੇ ਪੁਲ ਤੋਂ ਲੈ ਕੇ ਜਾ ਰਹੇ ਹਾਂ ਆਪਾਂ। ਦੇਖ ਪੰਜਾਬ ਆ ਗਏ, ਪੰਜਾਬ ਦਾ ਸੋਰੀ ਇੱਥੇ ਆ ਗਏ, ਮਨਾਲੀ ਆ ਗਏ, ਆਓ ਕੀ ਆ ਕੀ ਆ, ਅੱਛਾ ਚਿਲਡ ਚਿਲਡ ਬੀਅਰ, ਸਾਰੇ ਥਾਂ 'ਚ ਸਾਨੂੰ ਕਿਤੇ ਠੇਕਾ ਨਹੀਂ ਲੱਭਿਆ, ਪਹਿਲੀ ਵਾਰ 'ਚ ਲੱਭ ਗਿਆ ਦੇਖ ਲਾ। ਹਾਂ ਇਹ ਇਹ ਮਤਲਬ ਇਹ ਪੀਣ ਵਾਲੇ ਵਾਸਤੇ ਇਨਫੋਰਮੇਸ਼ਨ ਹੈ, ਇਹ ਜੇ ਕਿਸੇ ਨੇ ਆਪਣਾ ਪੀਣੀ ਪੂਣੀ ਹੋਵੇ ਤਾਂ ਭਾਈ ਆਪਣਾ ਪ੍ਰਬੰਧ ਕਰਕੇ ਆਇਓ, ਕਿਉਂਕਿ ਪਠਾਨਕੋਟ ਤੋਂ ਅੱਗੇ ਤਾਂ ਮਿਲਦੀ ਨਹੀਂ ਕਿਤੇ ਨਹੀਂ, ਜੇ ਮਿਲੂਗੀ ਤਾਂ ਬਹੁਤ ਮਹਿੰਗੀ ਆ, ਤਿੱਗਣੇ ਰੇਟਾਂ ਦੇ ਆ। ਇਹ ਤਾਂ ਹੈ,
ਵੇਟ 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 ਇੱਧਰ ਦੀ ਗੱਡ ਉਹ ਵੇਖ ਲੈ ਚੱਲ 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 ਸਲਿੱਪ ਨਹੀਂ ਤੂੰ ਕਲੱਚ ਨੱਪਦਾ ਵੀਰੇ ਕਲੱਚ ਨਹੀਂ ਨੱਪਣਾ ਚੱਲ ਕਲੱਚ ਛੱਡੇ ਬਿਨਾਂ ਨੱਪ ਚੱਲ ਨੱਪੇ ਬਿਨਾਂ ਚੱਲ ਨਾ ਪਾਣੀ ਆ ਤੂੰ ਕਲੱਚ ਨਾ ਨੱਪੀ ਹੁਣ ਪਿੱਛੋਂ ਘੁੰਮਾ ਪਿੱਛੋਂ ਲੈ ਕੇ ਫਿਰ ਚੱਲ ਲੈ ਕੇ ਚੱਲ ਇਹ ਕਲੱਚ ਨਾ ਨੱਪ ਲਈ ਹੁਣ ਰਾਹ 'ਚ ਉਹ ਵਿੱਚ ਨਹੀਂ ਅੜਦਾ ਉਹ ਪਾਸੇ ਕੱਢਦੀ ਫਿਰ ਵਿੱਚ ਤਾਂ ਨਹੀਂ ਅੜਦਾ ਉਹ ਸਾਰੀਆਂ ਗੱਡੀਆਂ ਉੱਤਰ ਦੀ ਜਾਂਦੀਆਂ ਫਿਰ ਅਤੇ ਪਾਸੇ ਵੀ ਕੱਢਦੇ ਭਾਈ ਐਂ ਨਿਕਲਦੀ ਹੁੰਦੀ ਹੈ ਗੱਡੀ ਆ ਹੈ ਜੀ ਸਰਚੂ ਵਿਲੇਜ ਪਹਿਲਾਂ ਅਸੀਂ ਪਰਲੀ ਸਾਈਡ ਸੀਗੇ ਅਤੇ ਉੱਥੇ ਐਂਟਰੀ ਕਰਾ ਰਹੇ ਸੀਗੇ ਉਹ ਉੱਥੇ ਅਤੇ ਇੱਥੇ ਤੁਹਾਨੂੰ ਅਕੋਮੋਡੇਸ਼ਨ ਵਗੈਰਾ ਨੂੰ ਸਾਰਾ ਕੁਛ ਮਿਲ ਜਾਣਾ ਰੈਸਟੋਰੈਂਟ ਵਗੈਰਾ ਵੀ ਹੈਗੇ ਨੇ ਅਤੇ ਪਾਂਗ ਤੋਂ ਬਾਅਦ ਬਸ ਇਹੀ ਇੱਕ ਏਰੀਆ ਜਿੱਥੇ ਤੁਸੀਂ ਅਕੋਮੋਡੇਸ਼ਨ ਲੈ ਸਕਦੇ ਹੋ ਇਹ ਤੋਂ ਪਿੱਛੇ ਤੁਹਾਨੂੰ ਕੋਈ ਰਸਤਾ ਨਹੀਂ ਮਿਲਣਾ ਮਤਲਬ ਕੋਈ ਪੰਪ ਨਹੀਂ ਮਿਲਣਾ ਪੰਪ ਹਾਂਜੀ ਪੰਪ ਵੀ ਆਪਾਂ ਨੂੰ ਕਿੱਥੇ ਮਿਲਿਆ ਸੀ ਭਲਾ ਆਪਾਂ ਬਸ ਰੋਟੀ ਖਾ ਕੇ ਆਏ ਸੀ ਕਿਹੜਾ ਸ਼ਹਿਰ ਸੀ ਯਾਰ ਮੈਂ ਸ਼ਹਿਰ ਵੀ ਭੁੱਲ ਗਿਆ ਦੁਰਬਟ ਤੋਂ ਥੱਲੇ ਆਏ ਸੀ ਆਪਾਂ 40-50 ਕਿਲੋਮੀਟਰ ਚਲੋ ਮੈਂ ਬਾਅਦ 'ਚ ਪਾਊਂਗਾ ਹਾਂ ਉਹ ਮੈਂ ਬਾਅਦ 'ਚੋਂ ਕਰਦਾ ਉਹ ਇਨਫੋਰਮੇਸ਼ਨ ਮੈਂ ਭੁੱਲ ਗਿਆ ਵੀ ਕਿਹੜਾ ਸੀ ਕਿਹੜਾ ਸੀਗਾ ਉਹ ਪਿੰਡ ਲਓ ਜੀ ਮਨਾਲੀ ਲੈ ਇੱਥੇ 220-22 ਆ ਗਿਆ ਲਿਖਿਆ ਇਹ ਕੀ ਚੱਕਰ ਹੈ ਉੱਥੇ 100 ਕਿੰਨਾ ਸੀਗਾ ਉੱਥੇ 170 ਸੀਗਾ 77 ਸੀਗਾ ਰਸਾਂ ਪਾਸ ਹੈਗਾ 171 ਚਲੋ ਕੋਈ ਨਹੀਂ ਚਲੋ ਦਿੰਨੇ ਅਗਲੀ ਇਨਫੋਰਮੇਸ਼ਨ ਰਸਤਾ ਆ ਥੋੜ੍ਹਾ ਜਿਹਾ ਵਧੀਆ ਆਇਆ ਅਤੇ ਬਾਕੀ ਦੇਖਦੇ ਕਿੰਨਾ ਕੁ ਟਾਈਮ ਇਹ ਰਨ ਐਵੇਂ ਚੱਲਦਾ ਮਤਲਬ 175 ਕਿਲੋਮੀਟਰ ਕਹਿ ਰਿਹਾ ਮੈਪ ਤਾਂ ਤੇ ਬੋਰਡ ਕੁਛ ਹੋਰ ਕਹਿ ਰਹੇ ਨੇ ਯਾਰ ਠੀਕ ਹੈਗਾ ਯਾਰ ਤੂੰ ਮੈਨੂੰ ਦੱਸ ਤਾਂ ਦੇ ਵੀਡੀਓ ਬਣਾ ਰਿਹਾ ਤੂੰ ਮੈਨੂੰ ਮਾੜਾ ਮੈਂ ਸੋਹਣਾ ਤਾਂ ਲੱਗਾ ਨਾ ਥੋੜ੍ਹਾ ਮੈਨੂੰ ਦੱਸ ਤਾਂ ਦੇ ਨਾ ਵੀ ਹਾਂ ਵੀਡੀਓ ਬਣਾ ਰਿਹਾ ਸਰਦਾਰ ਸਾਹਿਬ ਦੀ ਦੇਖੋ ਪਰਨੇ ਤਾਂ ਢਿੱਲੇ ਹੋਏ ਪਏ ਆ ਸਾਡੇ ਬਹੁਤ ਕਿਲੋਮੀਟਰ ਆ ਗਏ ਘੱਟੋ ਘੱਟ ਬਸ 600 ਕਿਲੋਮੀਟਰ ਕੱਢਤਾ ਰਾਤੋ ਰਾਤ ਕੱਲ ਕਾਫੀ ਸਫ਼ਰ ਕੀਤਾ ਸੀ ਤੁਰ ਤੱਕ ਤੋਂ ਪੈਂਗੋਂਗ ਲੇਕ ਪੈਂਗੋਂਗ ਲੇਕ ਤੋਂ ਸਿੱਧਾ ਪੈਂਗ ਹਾਂ ਕਿੰਨਾ ਹੋ ਗਿਆ ਆਹੋ ਬਾਕੀ ਮੈਪ ਦੱਸੂਗਾ ਕਰੀਬ ਹੋ ਗਿਆ ਆਊਗਾ 500-600 ਤਾਂ ਹੋ ਹੀ ਗਿਆ ਆਊਗਾ ਆਰਾਮ ਨਾਲ 12 ਘੰਟੇ ਪਲੱਸ ਹੀ ਡਰਾਈਵਿੰਗ ਸੀ ਈਜ਼ੀਲੀ ਤੇ ਬਾਕੀ ਇੱਥੇ ਆਹ ਸੋਹਣਾ ਅੱਗੇ ਵਿਊ ਦੇਖੋ ਤੁਸੀਂ ਥੋੜ੍ਹਾ ਜਿਹਾ ਰਸਤਾ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਪਿੱਛੇ ਸਾਨੂੰ ਨਾ 20 ਕਿਲੋਮੀਟਰ ਨੂੰ ਤੁਸੀਂ ਐਂ ਲਾ ਲਓ ਵੀ 2 ਘੰਟੇ ਨਹੀਂ 40 ਕਿਲੋਮੀਟਰ ਨੂੰ 2 ਘੰਟੇ ਵੀ 20 ਦੀ ਐਵਰੇਜ ਆਇਆ ਇੰਨਾ ਗੰਦਾ ਰੋਡ ਸੀਗਾ ਉਹ ਆਹ ਦੇਖ ਕੇ ਥੋੜ੍ਹਾ ਸਾਨੂੰ ਹੌਸਲਾ ਜਿਹਾ ਹੋਇਆ ਆਹ ਮਿਲਟਰੀ ਬੇਸ ਕੈਂਪ ਆ ਗਿਆ ਇੱਥੇ ਸੱਜੇ ਹੱਥ
ਸੋਹਣਾ ਹੀ ਬਹੁਤ ਲੱਗ ਰਿਹਾ ਨਾ ਆਪਾਂ ਚੱਲ ਕੇ ਪੈਂਗ ਤੋਂ ਜੀ ਵਾਇਆ ਸਰਚੂ ਹੁੰਦੇ ਹੋਏ ਬਾਰਾਲਾਚਾ ਪਹੁੰਚ ਗਏ ਹਾਂ ਅਤੇ ਠੰਡ ਬਹੁਤ ਜ਼ਿਆਦਾ ਹਲੇ ਵੀ ਤੁਸੀਂ ਇਹ ਲਗਾ ਲਓ ਵੀ -3 ਡਿਗਰੀ ਸ਼ੋਅ ਕਰ ਰਹੀ ਹੈ ਗੱਡੀ ਹਲੇ ਵੀ 0 ਤੋਂ ਉੱਪਰ ਨਹੀਂ ਆਇਆ ਹਲੇ ਤੱਕ ਟੈਂਪਰੇਚਰ ਜਦੋਂ ਦੇ ਅਸੀਂ ਪੈਂਗ ਤੋਂ ਚੱਲੇ ਹਾਂ ਇਹ ਹੈਗਾ ਬਾਰਾਲਾਚਾ 16,040 ਫੁੱਟ 'ਤੇ ਆਹ ਵੇਖੋ ਬਾਈ ਰੋਡਾਂ ਨੇ ਅੱਤ ਕਰਾਈ ਪਈ ਹੈ ਬਾਕੀ ਹੁਣ ਕਿੰਨਾ ਕੁ ਟਾਈਮ ਇਹ ਰੋਡ ਰਹਿੰਦਾ ਇਹ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਇੱਥੋਂ 140 ਕਿਲੋਮੀਟਰ ਕਹਿੰਦੇ ਆ ਵੀ ਰਹਿੰਦਾ ਮਨਾਲੀ ਬਾਕੀ ਮੈਪ ਵੀ ਇਹੀ ਦੱਸਦਾ ਅਤੇ ਚਾਰੇ ਪਾਸੇ ਦਾ ਨਜ਼ਾਰਾ ਦੇਖੋ ਯਾਰ ਤੁਸੀਂ ਓਹ ਠੰਡ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਗੁਰਵਿੰਦਰ ਪਰਨਾ ਬੰਨੀ ਜਾਂਦਾ ਕਹਿੰਦਾ ਪਰਨ ਦੋਹਰੇ ਬੰਨਣਾ ਅੱਜ ਦਾ ਜਿਹੜਾ ਆਪਣਾ ਪਲੈਨ ਹੈ ਨਾ ਉਹ ਅਸੀਂ ਇਹ ਕੀਤਾ ਵੀ ਆਪਾਂ ਜਾਣਾ ਸ਼੍ਰੀ ਮਨੀਕਰਨ ਸਾਹਿਬ ਗੁਰਦੁਆਰਾ ਸਾਹਿਬ ਅਤੇ ਜੇ ਉੱਥੇ ਸਟੇ ਹੁੰਦੀ ਹੋਈ ਤਾਂ ਉੱਥੇ ਸਟੇ ਕਰਾਂਗੇ ਅਤੇ ਜੇ ਨੀਚੇ ਉਤਰਦਾ ਮਤਲਬ ਪਲੈਨ ਬਣਦਾ ਹੋਇਆ ਤਾਂ ਆਪਾਂ ਥੱਲੇ ਵੀ ਉਤਰਾਂਗੇ ਸੋ ਬਾਕੀ ਦੇਖਦੇ ਹਾਂ ਕੀ ਪਲੈਨ ਬਣਦਾ ਆਪਣਾ ਸੋ ਜੀ ਆਪਾਂ ਨਿਕਲਦੇ ਹਾਂ ਬਾਰਾਲਾਚਾ ਪਾਸ ਤੋਂ ਨਾ ਵੀ ਨਹੀਂ ਜੀ ਵੀ ਤਾਂ ਲਾ ਰਹੀ ਹੈ ਠੰਡ ਇੰਨੀ ਹੋਈ ਪਈ ਹੈ ਹੱਥ ਠਰਦੇ ਆ ਭਰਾਵਾ ਸਹੀ ਗੱਲ ਹੈ ਇੱਕ ਹਾਈਟ ਕਰਕੇ ਨਾ ਸਾਹ ਨਾਲ ਸਾਹ ਨਹੀਂ ਰਲਦਾ ਹੈਗਾ ਥੋੜ੍ਹਾ ਜਿਹਾ ਤੁਰਦੇ ਹਾਂ ਅਤੇ ਔਖਾ ਹੋਣ ਲੱਗ ਜਾਂਦਾ ਕੰਮ ਆਕਸੀਜਨ ਦੀ ਕਮੀ ਕਰਕੇ ਓਹੋ ਬਸ 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 ਭਰਾਵਾ ਪਾਣੀ ਵੀ ਠੰਡਾ ਹੋਇਆ ਪਿਆ ਆਪਾਂ ਨਿਕਲਦੇ ਜੀ ਹੁਣ ਇੱਧਰ ਨੂੰ ਆਹ ਮਨਾਲੀ ਵੱਲ ਨੂੰ ਚੱਲਦੇ ਹਾਂ ਅਤੇ ਇੱਧਰ ਜਾਂਦਾ ਪੈਂਗ ਵੱਲ ਨੂੰ ਅਤੇ ਪਾਣੀ ਪੀ ਲਈਏ ਥੋੜ੍ਹਾ ਜਿਹਾ ਫਿਰ ਨਿਕਲਦੇ ਹਾਂ ਆਪਾਂ ਅੱਗੇ ਨੂੰ ਇਹਨੇ ਤਾਂ ਥੋੜ੍ਹੀ ਖੂਬਸੂਰਤੀ ਨਿਹਾਰੋ ਬਰਫ਼ ਚੜ੍ਹੀ ਪਈ ਹੈ ਪਹਾੜਾਂ ਦੀਆਂ ਟੀਸੀਆਂ 'ਤੇ ਆਹ ਦੇਖੋ ਇੱਧਰੋਂ ਇਹ ਕੰਬੀ ਜਾਂਦਾ ਪ੍ਰਧਾਨ ਪੋਸੀਬਲ ਆਈਸ ਔਨ ਰੋਡ ਸ਼ੋ ਕਰ ਰਿਹਾ ਸਿਸਟਮ ਵਾਹਿਗੁਰੂ
ਬਸ ਜੇ ਇੱਦਾਂ ਦਾ ਰੋਡ ਰਿਹਾ ਨਾ ਫਿਰ ਤਾਂ ਬਣ ਜਾਣੀ ਗੱਲ, ਬਾਕੀ ਪਤਾ ਕੋਈ ਨਹੀਂ ਕਿਹੜੇ ਵੇਲੇ ਖੱਡੇ ਆ ਜਾਣ। ਪਿੱਛੇ ਤੁਸੀਂ ਦੇਖ ਹੀ ਚੁੱਕੇ ਹੋ ਹੱਥ ਹੁਣ ਸੈੱਟ ਹੋਏ ਨੇ ਮਾੜੇ ਜੇ। ਓਹੋ ਅੱਗੇ ਆਊਗਾ ਜੀ ਰੋਹਤਾਂਗ ਪਾਸ ਤੇ ਨਾਲੇ ਆਊਗੀ ਅਟਲ ਟਨਲ। ਇੰਨੀ ਠੰਡ ਤਾਂ ਲੇਹ ਨਹੀਂ ਸੀ ਜਿੰਨੀ ਸਾਨੂੰ ਇੱਥੇ ਲੱਗੀ ਜਾਂਦੀ ਹੈ, ਪਤਾ ਨਹੀਂ ਲੇਹ ਹੈ ਹੀ ਨਹੀਂ ਸੀ ਠੰਡ। ਈਵਨ ਸ਼੍ਰੀਨਗਰ ਵੀ ਠੰਡ ਸੀਗੀ, ਪਤਾ ਨਹੀਂ ਇੱਥੇ ਹਵਾ ਚੱਲੀ ਜਾਂਦੀ ਤਾਂ ਲੱਗਦੀ ਆ। ਆਪਾਂ ਰੁਕੇ ਹਾਂ ਜੀ ਚਾਹ ਪੀਣ ਥੋੜ੍ਹਾ ਜਿਹਾ, 80 ਕਿਲੋਮੀਟਰ ਉੱਪਰ ਹਾਲੇ ਆਪਾਂ ਮਨਾਲੀ ਤੋਂ ਅਤੇ, ਪਰ ਇੱਥੇ ਦਾ ਜੋ ਵਿਊ ਹੈ ਨਾ ਉਹ ਲਾਜਵਾਬ ਹੈ। ਆਹ ਵੇਖੋ ਤੁਸੀਂ ਇੱਥੇ ਬਹਿ ਕੇ ਚਾਹ ਪੀਓ ਅਤੇ ਨਾਲ ਖੂਬਸੂਰਤ ਵਾਦੀਆਂ ਨਿਹਾਰੋ। ਆਪਾਂ ਆ ਗਏ ਜੀ ਅਟਲ ਟਨਲ ਕੋਲ ਅਤੇ ਤੁਸੀਂ ਦੇਖ ਸਕਦੇ ਹੋ ਆਪਣੇ ਥੋੜ੍ਹਾ ਸੱਜੇ ਹੱਥ ਉੱਥੋਂ ਟਨਲ ਸ਼ੁਰੂ ਹੁੰਦੀ ਆ ਅਤੇ ਇੱਥੇ ਰੋਕ ਕੇ ਆਪਾਂ ਥੋੜ੍ਹਾ ਕਰਦੇ ਹਾਂ ਫੋਟੋਗ੍ਰਾਫੀ ਵਗੈਰਾ। ਇੱਥੋਂ ਸ਼ੁਰੂ ਹੁੰਦੀ ਹੈ ਜੀ ਅਟਲ ਟਨਲ ਅਤੇ ਦੂਸਰੇ ਪਾਸਿਓਂ ਆਪਾਂ ਮਨਾਲੀ ਵੱਲ ਨੂੰ ਨਿਕਲ ਜਾਵਾਂਗੇ ਅਤੇ ਬੜੀ ਫੇਮਸ ਟਨਲ ਹੈ ਇਹ ਅਤੇ ਇੱਥੋਂ ਵਿਊ ਚੈੱਕ ਕਰੋ ਤੁਸੀਂ ਮਾੜਾ ਜਿਹਾ। ਅਤੇ ਆਹ ਪੁਲ ਕ੍ਰੋਸ ਕਰਕੇ ਆਪਾਂ ਆਏਗੇ ਅਤੇ ਜੇ ਆਪਾਂ ਇੱਧਰੋਂ ਮਨਾਲੀ ਵੱਲ ਤੋਂ ਆ ਰਹੇ ਹਾਂਗੇ ਤਾਂ ਤੁਸੀਂ ਇਹ ਲਗਾ ਲਓ ਵੀ ਖੱਬੇ ਹੱਥ ਨੂੰ ਤਾਂ ਲੇਹ ਹੋ ਜਾਂਦਾ ਪੁਲ ਟੱਪ ਕੇ ਕਾਰਗਿਲ ਅਤੇ ਸ਼੍ਰੀਨਗਰ ਅਤੇ ਸੱਜੇ ਹੱਥ ਨੂੰ ਹੋ ਜਾਂਦਾ ਰੋਹਤਾਂਗਲਾ ਕਾਜ਼ਾ ਅਤੇ ਸੁਮਡੋ। ਖਿੱਚਣੀ ਨਹੀਂ ਆ ਰਹੀ ਹੋਣੀ ਤੈਨੂੰ ਫੋਟੋ ਨਹੀਂ ਖਿੱਚੀ ਜਾ ਰਹੀ ਕਹਿੰਦਾ ਵਧੀਆ। ਚੱਲ ਚੱਲੀਏ ਫਿਰ ਅੱਗੇ ਜਾਣੀ ਪੈਣਾ। ਚਲੋ ਆ ਜਾ ਆਪਾਂ ਨਿਕਲਦੇ ਅਟਲ ਟਨਲ ਵਿੱਚ ਦੀ। ਹੁਣ ਮੈਂ ਪਹਿਲੀ ਵਾਰ ਕ੍ਰੋਸ ਕਰਨੀ ਹੈ ਇਹ ਅਸਲ ਦੇ ਵਿੱਚ। ਹਾਂ ਸਾਹਮਣੇ ਖਿੱਚੀ ਜਾਂਦੀ ਹੈ ਫੋਟੋ ਆਏ ਹੁਣ ਟੇਡਾ ਹੋ ਗਿਆ ਪੋਜ਼ ਇੱਥੋਂ ਇਹ ਵੀ ਗੱਲ ਹੈ। ਹਾਂ ਕਿਉਂਕਿ ਉਹ ਉੱਥੇ ਤਾਂ ਕਰਕੇ ਖੜਿਆ ਲੋਕ।